ਰੇਨ ਵਿਭਾਗ ਵੱਲੋਂ ਬਰਸਾਤੀ ਨਾਲਿਆਂ ਦੀ ਸਫਾਈ ਦਾ ਕੰਮ ਕੀਤਾ ਸ਼ੁਰੂ। ਕਿਸਾਨਾਂ ਨੇ ਵਿਭਾਗ ਅਤੇ ਸਰਕਾਰ ਦਾ ਕੀਤਾ ਧੰਨਵਾਦ। ਕਿਸਾਨਾਂ ਨੂੰ ਮਿਲੇਗੀ ਵੱਡੀ ਰਾਹਤ। ਬਰਸਾਤੀ ਪਾਣੀ ਓਵਰਫਲੋ ਹੋਣ ਕਾਰਨ ਕਿਸਾਨਾਂ ਦੀ ਫਸਲ ਦਾ ਹੁੰਦਾ ਸੀ ਨੁਕਸਾਨ। ਪ੍ਰਸ਼ਾਸਨ ਵੱਲੋਂ ਆਉਂਦੀ ਬਰਸਾਤ ਤੋਂ ਪਹਿਲਾਂ ਦਰਿਆ ਨਾਲਿਆਂ ਦੀ ਸਫਾਈ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਚੰਬੋ ਚੋਂ ਡਰੇਨ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪਾਤਰਾ ਨੇੜਿਓਂ ਲੰਘਦੀ ਡਰੇਨ ਦੀ ਸਫਾਈ ਲਈ ਡਰੇਨ ਵਿਭਾਗ ਨੇ 2 ਮਸ਼ੀਨਾਂ ਲਗਾਈਆਂ ਹਨ ਅਤੇ 10 ਦੇ ਕਰੀਬ ਮਜ਼ਦੂਰ ਦੀ ਮਦਦ ਨਾਲ ਪਿੰਡ ਖੇੜੀ ਨਗਾਇਆ ਤੋਂ ਲੈ ਕੇ ਪਿੰਡ ਚਨਾਗਰਾ ਤੱਕ ਡਰੇਨ ਦੀ ਸਫਾਈ ਕਰਵਾਈ ਜਾ ਰਹੀ ਹੈ। ਇਸ ਡਰੇਨ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਨੂੰ ਆਉਣ ਵਾਲੇ ਬਰਸਾਤੀ ਮੌਸਮ ਤੋਂ ਕਾਫੀ ਰਾਹਤ ਮਿਲੇਗੀ। ਪਾਤਰਾ ਤੋਂ ਸਤਪਾਲ ਗਰਗ। ਚੰਬੋ ਚੋਂ ਵੀ ਡਰੇਨ ਹੈ ਜੀ, ਜਦੋਂ ਦਾ ਪਿਛਲੇ ਸਾਲ ਦਾ ਹੜ੍ਹ ਆਇਆ ਉਦੋਂ ਬਾਅਦ ਸਫਾਈ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ, ਪਰ ਹੁਣ ਸਫਾਈ ਵਾਲੇ ਆਏ ਨੇ, ਲੇਟ ਆਏ ਦਰੁਸਤ ਆਏ। ਜਿਹੜੇ ਇਹ ਬੂਟੀ ਕੱਢ ਕੇ ਪੱਲੀ ਸੁੱਟ ਰਹੇ ਨੇ, ਇਹ ਸਾਡੇ ਕਿਸਾਨਾਂ ਲਈ ਸਿਰਦਰਦੀ ਬਣ ਸਕਦੀ ਹੈ। ਮੈਂ ਮੰਗ ਕਰਦਾ ਸਰਕਾਰ ਤੋਂ ਵਿਭਾਗ ਤੋਂ ਇਹ ਬੂਟੀ ਵੀ ਜਿਹੜੀ ਤੁਰੰਤ ਚੁੱਕੀ ਜਾਵੇ ਅਤੇ ਜਿਹੜੀ ਇਹ ਪੱਲੜੀ ਹੈ ਪੱਲੜੀ ਦੇ ਉੱਤੇ ਮਿੱਟੀ ਲਾ ਕੇ ਇਹਨੂੰ ਸਾਫ਼ ਕੀਤਾ ਜਾਵੇ। ਜਦੋਂ ਇਹ ਡਰੇਨ 'ਚ ਪਾਣੀ ਆਉਂਦਾ ਸਾਡਾ ਅਰਬਾਂ ਰੁਪਏ ਦਾ ਨੁਕਸਾਨ ਹੋ ਜਾਂਦਾ। ਘੱਟੋ ਘੱਟ ਸਾਡਾ 50,000 ਏਕੜ ਜਿਹੜਾ ਰਕਬਾ ਹੈ ਧੂੜ ਤੋਂ ਲੈ ਕੇ ਖਾਣੇ ਵਾਲੇ ਤੱਕ ਜਿਹੜਾ ਨੁਕਸਾਨ ਹੋ ਜਾਂਦਾ। ਕੋਈ ਮੁਆਵਜ਼ਾ ਨਹੀਂ ਦਿੱਤਾ ਸਰਕਾਰ ਨੇ, ਉਹ ਅੰਤਮਾਨ ਸਰਕਾਰ ਨੇ ਵਾਅਦੇ ਕਰਕੇ ਲੋਕਾਂ ਨਾਲ, ਕੋਈ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ। ਅਸੀਂ ਉਹ ਵੀ ਮੰਗ ਕਰਦੇ ਹਾਂ ਕਿ ਜਿਹੜਾ ਮੁਆਵਜ਼ਾ ਪਿਛਲੇ ਸਾਲ ਦਾ ਵੀ ਲੋਕਾਂ ਨੂੰ ਦਿੱਤਾ ਜਾਵੇ, ਕਿਉਂਕਿ ਲੋਕਾਂ ਦੀ ਜੀਰੀ ਲੱਗੀ ਹੋਈ ਸੀ ਜਦੋਂ ਹੜ੍ਹ ਆਇਆ। ਜਿਹਦੀ ਤੁਰੀ ਸਾਰਾ ਖਰਚੇ ਕੀਤੇ ਉਹਦਾ ਸਾਰਿਆਂ ਦਾ ਝੋਨਾ ਮਰ ਗਿਆ, ਅਤੇ ਹੁਣ ਦੁਬਾਰਾ ਫਿਰ ਲਾਇਆ ਲੋਕਾਂ ਨੇ, ਜਿਹਦਾ ਝਾੜ ਘੱਟ ਨਿਕਲਿਆ। ਸਫਾਈ ਤੋਂ ਤਾਂ ਖੁਸ਼ ਹਾਂ, ਪਰ ਜਿਹੜੀ ਇਹ ਪੱਲੜੀ 'ਤੇ ਸੁੱਟੀ ਜਾ ਰਹੀ ਹੈ ਇਹ ਜਿਹੜੀ ਬੂਟੀ ਕੱਢ ਕੇ, ਇਹ ਸਾਡੇ ਕਿਸਾਨਾਂ ਲਈ ਵੀ ਨੁਕਸਾਨਦੇਹ ਹੈ। ਜੇ ਕੱਲ੍ਹ ਨੂੰ ਹੜ੍ਹ ਜ਼ਿਆਦਾ ਆਉਂਦਾ ਹੈ ਤਾਂ ਅਸੀਂ ਇੱਥੇ ਮਿੱਟੀ ਪਾ ਕੇ ਇਹਨੂੰ ਉੱਚੀ ਨਹੀਂ ਕਰ ਸਕਦੇ, ਆਪਣਾ ਬਚਾਓ ਨਹੀਂ ਕਰ ਸਕਦੇ, ਸਾਡੇ ਖੇਤਾਂ ਨੁਕਸਾਨ ਜ਼ਿਆਦਾ ਹੋ ਸਕਦਾ। ਇਹ ਆਪਦਾ ਪ੍ਰਬੰਧ ਕਰਨ, ਜਿਹੜੇ ਠੇਕੇਦਾਰ ਨੇ ਠੇਕਾ ਲਿਆ ਉਹ ਪ੍ਰਬੰਧ ਕਰੇ ਆਪਦਾ। ਆਉਣ ਵਾਲੇ ਸਮੇਂ ਕਿਸਾਨਾਂ ਨੂੰ ਇਹ ਬਹੁਤ ਨੁਕਸਾਨ, ਕਿਉਂਕਿ ਥੱਲੇ ਚੂਹੇ ਵੜ ਕੇ ਖੱਡਾ ਪਾ ਕੇ ਪਾਣੀ ਤੋੜ ਕੇ, ਜਿਹੜਾ ਸਾਡਾ ਮਾੜਾ ਮੋਟਾ ਪਹਿਲਾਂ ਰੁਕਿਆ ਹੋਇਆ ਬੰਨ ਨਾਲ ਪਾਣੀ, ਉਹ ਜਲਦੀ ਖੇਤਾਂ ਜਾਏਗਾ। ਲੇਬਰ ਲੱਗੀ ਹੋਈ ਹੈ, ਇਹ ਵੀ ਆਪਣੀ ਜਾਨ ਸੂਲੀ ਦੇ ਟਾਂਕੇ ਲੱਗੀ ਹੋਈ ਹੈ। ਇਹਨਾਂ ਵਾਸਤੇ ਨਾ ਤਾਂ ਕੋਈ ਦਸਤਾਨਾ ਹੈ, ਨਾ ਇਹਨਾਂ ਦਾ ਕੋਈ ਪ੍ਰਕਾਸ਼ਨ ਹੈ, ਜਾਂ ਸੱਪ ਵੀ ਲੜ ਸਕਦਾ ਹੈ, ਕੋਈ ਵੀ ਇਹਨਾਂ ਦਾ ਜਾਨੀ ਮਾਨੀ ਨੁਕਸਾਨ ਹੋ ਸਕਦਾ ਹੈ। ਜਿਹੜਾ ਇਹ ਠੇਕੇਦਾਰ ਹੈ ਜਾਂ ਜਿਹੜੇ ਮਸ਼ੀਨ ਵਾਲੇ ਨੇ ਜਾਂ ਸਰਕਾਰ ਵਿਭਾਗ ਹੈ, ਉਹ ਜੋ ਵੀ ਹੈ ਇਹਨਾਂ ਦਾ ਪ੍ਰਬੰਧ ਵੀ ਵਿਚਾਰਾਂ ਦਾ ਕੀਤਾ ਜਾਵੇ। ਇਹਨਾਂ ਨੂੰ ਜਿਹੜੀ ਹੈ ਪ੍ਰਕਾਸ਼ਨ ਦਿੱਤਾ ਜਾਵੇ, ਦਸਤਾਨੇ ਦਿੱਤੇ ਜਾਣ, ਥੱਲੇ ਪੈਰਾਂ ਨੂੰ ਐਂਕਲ ਦਿੱਤੇ ਜਾਣ, ਤਾਂ ਜੋ ਇਹ ਆਪਣਾ ਬਚਾਅ ਕਰ ਸਕਣ। ਬਿਮਾਰੀ ਮਹਾਮਾਰੀ ਗੰਦ 'ਚ ਵੜ ਰਹੀ, ਪੂਰੇ ਸ਼ਹਿਰ ਦਾ ਗੰਦ ਹੈ, ਪੂਰੇ ਪਿੰਡਾਂ ਦਾ ਗੰਦ ਹੈ, ਮਹਾਮਾਰੀ ਵੀ ਫੈਲ ਸਕਦੀ, ਬਿਮਾਰ ਵੀ ਹੋ ਸਕਦੇ ਨੇ। ਕੋਈ ਸੇਫਟੀ ਨਹੀਂ ਹੈਗੀ ਇਹਨਾਂ ਦੀ, ਕੋਈ 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 ਇਹਨਾਂ ਦੀ ਮੈਡੀਕਲ ਸਹੂਲਤ ਵੀ ਇਹਨਾਂ ਹੋਣੀ ਚਾਹੀਦੀ ਹੈ। ਭੋਲਾ ਸਿੰਘ ਜੀ, ਤੁਹਾਡੀ ਡਿਊਟੀ ਕੀ ਹੈ ਇੱਥੇ? ਮੈਂ ਬੇਲਦਾਰ ਹਾਂ ਜੀ। ਅੱਛਾ, ਕੀ ਕੰਮ ਚੱਲ ਰਿਹਾ ਇੱਥੇ? ਇਹ ਕੰਮ ਦੀ ਡਰੇਨ ਦੀ ਸਫਾਈ ਕਰਾ ਰਹੇ ਹਾਂ ਜੀ। ਕਿੰਨੇ ਮਸ਼ੀਨਾਂ ਨੇ? 2 ਮਸ਼ੀਨਾਂ ਨੇ ਸਰ ਜੀ।
ਲੇਟ ਨਹੀਂ ਹੈਗੇ ਨਾ ਜੀ, ਲੇਟ ਤਾਂ ਕੋਈ ਨਹੀਂ ਗੱਲ, ਉਹ ਮਸ਼ੀਨਾਂ ਆਪਣਾ ਵਿੱਚ ਵੜਦੀਆਂ ਨਹੀਂ, ਟਕਈ ਨਾਲ ਕੱਢਦੇ ਆ, ਇੱਧਰੋਂ ਨਹੀਂ ਜੀ, ਆਪਣੇ ਚੌਂਹਠ ਖਿੜੀ ਕਹਿੰਦੇ ਆਏ ਜੀ। ਉਹਦਾ ਸਰ ਜੀ ਦੇਖੋ, ਹੋਰ ਕਿਤੇ ਜਗ੍ਹਾ ਨਹੀਂ ਹੈਗੀ, ਸਾਡਾ ਬੰਨ ਆਪਣਾ ਸਰਕਾਰੀ ਹੈ ਜੀ। ਇਹ ਬੂਟੀ ਤਾਂ ਅਸੀਂ ਆਏ ਸਾਲ ਉਹ ਵੀ ਕੱਢਦੇ, ਹੋਰ ਕਿਤੇ ਰੱਖਾਂਗੇ ਜੀ, ਉੱਧਰ ਰੱਖਾਂਗੇ ਤਾਂ ਉੱਧਰ ਖੇਤਾਂ ਵਾਲੇ ਕੱਢਣੇ ਜਾਂਦੇ ਜੀ, ਇੱਧਰ ਹੋਰ ਆਪਣਾ ਕੋਈ ਹੀਲਾ ਨਹੀਂ ਨਾ ਜੀ ਨਾ। ਉਦੋਂ ਬਾਅਦ ਮੈਂ ਸਰ ਜੀ ਜਦੋਂ ਆਪਣੇ ਹੋ ਗਿਆ ਨਰੇਗਾ ਦਰੂਗਾ ਲਾ ਕੇ ਆਪਾਂ ਇਹਨੂੰ ਸੈੱਟ ਕਰਾ ਦਾਂਗੇ, ਫਲੱਡ ਲਾਂਗੇ ਜੀ। ਚੁਕਾਉਂਗੇ ਸਾਰੀ ਨਾ ਜੀ, ਫਲੱਡ ਉਹ 'ਚ ਪੱਧਰ ਪੁੱਧਰ ਕਰਾ ਦਾਂਗੇ ਉੱਤੀ, ਚੁਕਾਉਣੀ ਤਾਂ ਨਹੀਂ, ਚੁਕਾ ਤਾਂ ਨਹੀਂ ਕਿੱਧਰ ਸਕਦੇ ਸੀ, ਇੰਨੀ ਬੂਟੀ ਹੁਣ ਕਿੱਧਰ ਚੁਕਾਵਾਂਗੇ ਸਰ। ਅਸੀਂ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਸਰਕਾਰ ਦੇ, ਜੋ ਭਗਵੰਤ ਮਾਨ ਨੇ ਇਹ ਸਟੈਂਡ ਲਿਆ, ਇਸ ਕਰਕੇ ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਵੀ ਬਹੁਤ ਵਧੀਆ ਕੰਮ ਹੋ ਰਿਹਾ।